ਸਾਨੂੰ ਕੋਈ ਹੋਸ਼ ਨਹੀਂ ਹੈਗਾ ਇਹ ਕਿੱਥੇ ਪਏ ਆ ਕਿੱਥੇ ਨਹੀਂ ਬੱਚਿਆਂ ਨੇ ਵੀ ਨਹੀਂ ਸਾਨੂੰ ਉਠਾ ਲਿਆ ਕਿ ਮੰਮਾ ਉੱਠੋ ਦੇ ਗਹਿਣੇ ਆ ਥੋੜ੍ਹੇ ਕਹਿੰਦੇ 5 ਕਤੋਲੇ ਸੋਨਾ ਤੇ 80,000 ਦੀ ਨਕਦੀ ਪਏਗੀ ਅਸੀਂ ਮਾਰਕੀਟ ਤੋਂ ਦੁਕਾਨਾਂ ਆ ਨਾ ਸਾਡੀਆਂ ਆਪਣੀਆਂ ਕੈਸ਼ ਕਈ ਵੇਲੇ ਰੱਖਣੇ ਪੈਂਦਾ ਘਰ ਮੇਰਾ ਨਾਮ ਨਰੇਸ਼ ਕੁਮਾਰੀ ਹੈ ਪਿੰਡ ਬਾਗੜੇ ਜ਼ਿਲ੍ਹਾ ਗੁਰਦਾਸਪੁਰ ਹੈ ਘਰ ਕੁਛ ਨਹੀਂ ਹੋਈ ਸਾਢੇ ਕੇ 11-11 ਵਜੇ ਨੇ ਚਾਹ ਬਣਾਈ ਹੈ ਮੇਰੀ ਛੋਟੀ ਸਿਸਟਰ ਨੇ ਮੇਰੀ ਦਰਾਣੀ ਹੈ ਅਤੇ ਡੇਲੀ ਰੂਟੀਨ 'ਚ ਚਾਹ ਪੀ ਕੇ ਅਤੇ ਜਿੱਦਾਂ ਆਪਣੇ ਕੰਮ ਕਾਜ ਕਰੀਦੇ ਆਪਣੇ ਆਪਣੇ ਰੂਮ 'ਚ ਵੜ ਜਾਂਦੇ ਹਾਂ ਗਰਮੀ ਬਹੁਤ ਹੈ ਅਤੇ ਡੈਡੀ ਆਪਣੇ ਰੂਮ 'ਚ ਸਾਰੇ ਹੀ ਆਪਣੇ ਬੱਚੇ ਲੈ ਕੇ ਆਪਣੇ ਆਪਣੇ ਰੂਮ 'ਚ ਆ ਅਤੇ ਪਤਾ ਨਹੀਂ ਥੋੜ੍ਹੀ ਦੇਰ ਬਾਅਦ ਇਸ ਤਰ੍ਹਾਂ ਜਿੱਦਾਂ ਨਾ ਨੀਂਦ ਦਾ ਝੋਕਾ ਜਿਹਾ ਨਹੀਂ ਆ ਜਾਂਦਾ ਕਿ ਸੋ ਜਾਈਏ ਹੁਣ ਥੋੜ੍ਹੀ ਦੇਰ ਰੈਸਟ ਕਰ ਲਈਏ ਅਤੇ ਕੰਮ ਤਾਂ ਬਥੇਰੇ ਪਰ ਮੈਂ ਕਿਹਾ ਚਲੋ ਕਰ ਲੈਂਦੇ ਹਾਂ ਰੈਸਟ ਉਹ ਐਸੀ ਰੈਸਟ ਕੀਤੀ ਕਿ ਪਤਾ ਹੀ ਨਹੀਂ ਲੱਗਾ ਨੀਂਦ ਦਾ ਕਿ ਟਾਈਮ ਦਾ ਹੀ ਨਹੀਂ ਪਤਾ ਚੱਲਿਆ ਕਿ ਕਿੰਨਾ ਹੋ ਗਿਆ ਕਿੰਨਾ ਨਹੀਂ ਦੁਪਹਿਰ ਦੀ ਰੋਟੀ ਦੀ ਸ਼ਿਫਟ ਮੇਰੀ ਹੁੰਦੀ ਹੈ ਮੈਂ ਉੱਠੀ ਨਹੀਂ ਆਪਣੇ ਟਾਈਮ 'ਤੇ ਮੈਨੂੰ ਪਤਾ ਹੀ ਨਹੀਂ ਚੱਲਿਆ ਉੱਠਣਾ ਫਿਰ ਸ਼ਾਮਾਂ ਪੈ ਗਈਆਂ ਸ਼ਾਮਾਂ ਨੂੰ ਆ ਕੇ ਹਸਬੈਂਡ ਹੁਣੀ ਆਏ ਮਾਰਕੀਟ ਤੋਂ ਦੁਕਾਨ ਤੋਂ ਉਹਨਾਂ ਨੇ ਆ ਕੇ ਉਠਾਇਆ ਸਾਨੂੰ ਅਤੇ ਸਾਨੂੰ ਕੋਈ ਹੋਸ਼ ਨਹੀਂ ਹੈਗਾ ਕਿ ਇਹ ਕਿੱਥੇ ਪਏ ਆ ਕਿੱਥੇ ਨਹੀਂ ਬੱਚਿਆਂ ਨੇ ਵੀ ਨਹੀਂ ਸਾਨੂੰ ਉਠਾ ਲਿਆ ਕਿ ਮੰਮਾ ਉੱਠੋ ਕੋਈ ਕੁਛ ਨਹੀਂ ਆਇਆ ਮੈਂ ਤਾਂ ਕਿਸੇ ਨੂੰ ਨਹੀਂ ਦੇਖਿਆ ਕਿਉਂਕਿ ਜਦੋਂ ਘਰ ਦਾ ਕੋਈ ਜੀ ਬਾਹਰੋਂ ਜਾਂਦਾ ਤਾਂ ਅਸੀਂ ਲੋਕ ਕਰ ਦਿੰਦੇ ਹਾਂ ਗੇਟ ਨੂੰ ਅਤੇ ਡੈਡੀ ਵੀ ਘਰੇ ਸੀਗੇ ਇਸ ਕਰਕੇ ਗੇਟ ਜੇ ਓਪਨ ਕਿਉਂਕਿ ਡੈਡੀ ਖੇਤੀਬਾੜੀ ਵਾਲੇ ਆ ਪੈਲੀ ਵਾਲੀ ਸਾਈਡ ਵੀ ਗੇੜਾ ਮਾਰਨੇ ਪੈਂਦਾ ਉਹਨਾਂ ਨੂੰ ਫਿਰ ਉਹਨਾਂ 'ਤੇ ਵੀ ਥੋੜ੍ਹਾ ਡਿਪੈਂਡ ਹੁੰਦੇ ਹਾਂ ਅਸੀਂ ਕਿ ਚਲੋ ਘਰ 'ਚ ਹੀ ਹੈ ਕੋਈ ਨਾ ਇਹ ਚੀਜ਼ ਹੋ ਜਾਂਦੀ ਆ ਬਾਕੀ ਸਮਾਨ ਹਾਂਜੀ ਕਹਿੰਦੇ ਆ ਕਿ ਛੋਟੀ ਛੋਟੀ ਦੇ ਗਹਿਣੇ ਆ ਥੋੜ੍ਹੇ ਕਹਿੰਦੇ 5 ਕਤੋਲੇ ਸੋਨਾ ਅਤੇ 80,000 ਦੀ ਨਕਦੀ ਪਏਗੀ ਅਸੀਂ ਮਾਰਕੀਟ ਤੋਂ ਦੁਕਾਨਾਂ ਆ ਨਾ ਸਾਡੀਆਂ ਆਪਣੀਆਂ ਕੈਸ਼ ਕਈ ਵੇਲੇ ਰੱਖਣੇ ਪੈਂਦਾ ਘਰ ਅਤੇ ਉੱਧਰੋਂ ਹੋਏਗੀ ਚੋਰੀ ਹੁਣ ਇਹ ਖਵਾਉਣ ਦਾ ਤਾਂ ਕੋਈ ਚਾਂਸ ਹੈ ਹੀ ਨਹੀਂ ਜੇ ਕੋਈ ਖਵਾਉਂਦਾ ਤਾਂ ਬੰਦਾ ਸਾਨੂੰ ਦਿਖਦਾ ਆਉਂਦਾ ਘਰ ਅਤੇ ਹੁਣ ਪਤਾ ਨਹੀਂ ਨੈਚੁਰਲੀ ਜਾਂ ਸਪਰੇ ਹੋਈ ਹੈ ਜਾਂ ਕੀ ਬਣਿਆ ਕਿ ਸਾਰੇ ਇਕਦਮ ਬੇਸੁੱਧ ਹੋ ਗਏ ਹੈ ਕੋਈ ਖੜਕੇ ਦੀ ਆਵਾਜ਼ ਨਹੀਂ ਡੈਡੀ ਜਿਸ ਰੂਮ 'ਚ ਬੈਠੇ ਹੈ ਉਹੀ ਰੂਮ 'ਚ ਡੈਡੀ ਬੈਠੇ ਹੈ ਸੁੱਤੇ ਹੈ ਜਿਹੜੇ ਰੂਮ ਦੇ ਵਿੱਚ ਉਹਨਾਂ ਦੇ ਕੋਲੋਂ ਹੈ ਨਾ ਚੋਰੀ ਹੋਇਆ ਸਮਾਨ ਅਤੇ ਉਹਨਾਂ ਨੂੰ ਵੀ ਨਹੀਂ ਕੋਈ ਹੋਸ਼ ਹੈਗੇ ਬੇਸੁੱਧ ਨਹੀਂ ਚਾਹ ਤਾਂ ਡੇਲੀ ਪੀਂਦੀ ਬੱਚਿਆਂ ਨੇ ਵੀ ਪੀਤੀ ਸੀਗੀ ਜਿੱਦਾਂ ਰਸ ਵਗੈਰਾ ਲੈ ਲੈਂਦੇ ਬਿਸਕਿਟ ਚਾਹ ਦੇ ਵਿੱਚ ਵੀ ਕੁਛ ਨਹੀਂ ਹੈਗਾ ਪਰ ਪਤਾ ਹੀ ਨਹੀਂ ਬਣਿਆ ਕਿ ਕੁਛ ਨਹੀਂ ਕਿਹਾ ਬੱਚੇ ਬਿਲਕੁਲ ਠੀਕ ਹੈ ਆਹੋ ਆਪਣੇ 5 ਜਿੰਨੇ ਮੈਂਬਰ ਘਰ ਰਹੇ ਸੀਗੇ ਬਾਕੀ 3 ਬ੍ਰਦਰ ਆਪਣੇ ਸਾਡੇ ਉਹ ਆਪਣੇ ਦੁਕਾਨਾਂ 'ਤੇ ਗਏ ਤੇ ਸੀ ਸ਼ਾਮ ਨੂੰ ਹੀ ਆਏ ਸਰ ਅਸੀਂ ਤਾਂ ਦੁਕਾਨ 'ਤੇ ਗਏ ਸੀ ਅਤੇ ਜਦੋਂ ਅਸੀਂ ਸ਼ਾਮਾਂ ਨੂੰ ਘਰ ਆਏ ਹਾਂ ਅਤੇ ਦੇਖਿਆ ਵੀ ਬੱਚੇ ਮਤਲਬ ਖੇਡਣ ਖੁੱਡਣ ਡੇ ਸੀ ਉੱਦਾਂ ਅਤੇ ਇਹਨਾਂ ਦੇ ਲਾਗੇ ਜਦੋਂ ਗਏ ਹਾਂ ਅਤੇ ਕੋਈ ਕਿਤੇ ਲੰਮੇ ਪਿਆ ਸੀ ਕੋਈ ਕਿਤੇ ਲੰਮੇ ਪਿਆ ਸੀ ਅਤੇ ਅਸੀਂ ਇਹਨਾਂ ਨੂੰ ਖਾ ਲਿਆ ਮਾੜਾ ਜਿਹਾ ਉੱਠਦੇ ਸੀ ਅਤੇ ਫਿਰ ਸੌ ਜਾਂਦੇ ਸੀ ਵੀ ਉਹ ਸੀਰੀਅਲ 'ਚ ਸੀ ਜਿੱਦਾਂ ਕਿ ਜਾਣੀ ਕਿ ਇਹ ਚੱਕਰ ਹੈ ਕਿੰਨੇ ਮੈਂਬਰ ਨੇ ਇਹ 5 ਜਣੇ ਸੀ ਘਰ ਅਤੇ ਨਾਲ ਬੱਚੇ ਸੀ ਛੋਟੇ ਅਤੇ ਬੱਚੇ ਠੀਕ ਠਾਕ ਨੇ ਬਿਲਕੁਲ ਇਹ ਕੱਲ੍ਹ ਅਸੀਂ ਸਾਮੀ ਆਏ ਜਦੋਂ 7 ਵਜੇ ਨਾਲ ਆਏ ਘਰ ਗੱਲ ਕੀ ਤੁਹਾਨੂੰ ਲੱਗਦਾ ਦੇਖੋ ਹਾਂਜੀ ਸਾਡਾ ਸੋਹਣਾ ਵੀ ਅਸੀਂ ਉਹ ਵੀ ਦੇਖਿਆ ਹੁਣ ਸਵੇਰੇ ਦੇਖਿਆ ਅਸੀਂ ਕਿਹਾ ਚਲੋ ਦੇਖ ਲੈਂਦੇ ਹਾਂ ਅਤੇ ਰਾਤ ਅਸੀਂ 1:30 ਵਜੇ ਤੱਕ ਹੋਸਪਿਟਲ ਰਹੇ ਹਾਂ ਉੱਥੇ ਪ੍ਰਾਈਵੇਟ ਹੋਸਪਿਟਲ ਸੀ ਭੈਣੀ ਮੀਆਂ ਖਾਂ ਉੱਥੇ ਖੜਿਆ ਸੀ ਅਤੇ ਉੱਥੇ ਫਿਰ ਰਾਤ ਅਸੀਂ ਦੇਖਿਆ ਨਹੀਂ ਰਾਤ ਅਸੀਂ ਇਹਨਾਂ ਦੇ ਦੁਆਲੇ ਰਹੇ ਹਾਂ ਅਤੇ ਸਵੇਰੇ ਜਦੋਂ ਆਣ ਕੇ ਦੇਖਿਆ ਤਾਂ ਸਾਡਾ ਸੋਨੇ ਵਾਲਾ ਬੈਗ ਸੀ ਅਤੇ ਵਿੱਚ ਪੈਸੇ ਵੀ ਪਏ ਸੀ ਉਹ ਵੀ ਨਹੀਂ ਮਿਲ ਰਿਹਾ ਸਾਢੇ ਕੁ 4 ਤੋਲੇ ਸੋਨਾ ਸੀ ਅਤੇ 80,000 ਰੁਪਈਆ ਸੀ ਵਿੱਚ ਨਹੀਂ ਘਰ ਤੇ 2 ਜਣੇ ਆਏ ਸੀ ਜਿਹੜੇ ਉਹ ਤੇ ਕਹਿੰਦੇ ਬਾਹਰੋਂ ਬਾਹਰ ਚਲ ਗਏ ਉਦੋਂ ਇਹਨਾਂ ਨੂੰ ਹੋ ਸੀ ਉਦੋਂ ਇਹਨਾਂ ਨੇ ਦੇਖਿਆ ਉਦੋਂ ਚਲ ਗਏ ਬਾਅਦ 'ਚ ਕਹਿੰਦੇ ਸਾਨੂੰ ਕੋਈ ਪਤਾ ਨਹੀਂ 11-12 ਵਜੇ ਤੋਂ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਕਿੱਥੇ ਪਏ ਆ ਕਿੱਥੇ ਨਹੀਂ ਆ ਕੀ ਕੀਤਾ ਅਸੀਂ ਹਾਂਜੀ ਸੁੱਤੇ ਪਏ ਸੁੱਤੇ ਪਏ ਜਾਂ ਸੁੱਤੇ ਹੀ ਕੰਮ ਕੁੰਮ ਕਰਕੇ ਮਤਲਬ ਆਪਣੇ ਆਪਣੇ ਅੰਦਰਾਂ 'ਚ ਸੌ ਜਾਂਦੇ ਆ ਉਦਾਂ ਹਾਂਜੀ ਅਤੇ ਹਾਂਜੀ ਵੱਖਰੇ ਵੱਖਰੇ ਕਮਰੇ ਡੈਡੀ ਬਾਹਰ ਬਰਾਂਡੇ 'ਚ ਸੀ ਸਗੋਂ ਉਹ ਏ ਸੀ 'ਚ ਨਹੀਂ ਪਏ ਸਗੋਂ ਬਾਹਰ ਬਰਾਂਡੇ 'ਚ ਰਹੇ ਆ ਡਾਕਟਰ ਹੁਣ ਅਜੇ ਤੇ ਹਾਂਜੀ ਹੁਣ ਚੱਲਣ ਡਿਆ ਹੁਣ ਟੈਸਟ ਕਹਿੰਦੇ ਕਰਾ ਕੇ ਦੇਖਦੇ ਹਾਂ ਕੀ ਹੁੰਦਾ ਸਾਡੇ ਕੋਲ ਇੱਕ ਪੰਜ ਇੱਕ ਪਰਿਵਾਰ ਦੇ 5 ਮੈਂਬਰ ਆਏ ਆ ਹੋਸਪਿਟਲ 'ਚ ਅਤੇ ਜਿਸ ਉਹਨੂੰ ਦੱਸਿਆ ਕਿ ਸਾਨੂੰ ਕੁਛ ਨਾ ਨਸ਼ੇ ਦੀ ਹਾਲਤ ਵਿੱਚ ਰਾਤ ਕੁਛ ਰਹੇ ਆ ਉਸ ਤੋਂ ਬਾਅਦ ਸਵੇਰੇ ਅੱਜ ਆਏ ਆ ਤਾਂ ਇਸ ਟਾਈਮ ਕੌਨਸ਼ੀਅਸ ਆ ਠੀਕ ਠਾਕ ਆ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਇਹ ਬਲੱਡ ਟੈਸਟ ਕਰਨ ਤੋਂ ਬਾਅਦ ਪਤਾ ਚੱਲੇਗਾ ਕੀ ਹੋ ਸਕਦਾ ਜਦੋਂ ਆਏ ਹਾਲਾਤ ਕੀ ਸੀ ਲਾਸਟ ਠੀਕ ਸੀ
नहीं कॉन्शियस है लेकिन कमजोरी महसूस कर रहे हैं इस बारे में कुछ नहीं कह सकता इस बारे में एक लेडीज़ है चार लेडीज़ है एक जेंट्स है